ਮੇਰਾ ਨਾਂ ਰਸ਼ਪਾਲ। ਇਹ ਸਾਡੇ ਵਾਸਤੇ ਮੈਂ ਕਹਾਂ ਵੀ ਨਵਾਂ ਕੰਮ ਨਹੀਂ ਗਾ ਇਹ ਹੋਇਆ, ਕਿਉਂਕਿ ਪਤਾ ਨਹੀਂ ਉਹ ਕਿਸ ਤਰ੍ਹਾਂ ਦੇ ਲੋਕ ਨੇ। ਇੱਕ ਤਾਂ ਵੇਖੋ ਭਲਾ ਕਰ ਰਿਹਾ ਇਨਸਾਨ, ਇੱਕ ਜਿਹੜਾ ਆ ਬੁਰਾ ਕਰ ਰਹੇ ਨੇ। ਉਹਨਾਂ ਲੋਕਾਂ ਨੇ ਪਹਿਲਾਂ ਵੀ ਚਲੋ ਕਾਫੀ ਵਾਰ ਇਹ ਕੰਮ ਸਾਡੇ ਨਾਲ ਕੀਤੇ ਨੇ, ਪਰ ਫਲ ਵਾਲੇ ਬੂਟਿਆਂ ਨੂੰ ਜਿਹੜੀ ਅੱਗ ਲੱਗੀ ਆ ਇਹ ਸਾਡੇ ਵਾਸਤੇ ਬੜੀ ਦੁੱਖ ਦੀ ਘੜੀ ਆ, ਕਿਉਂਕਿ ਮੈਂ ਸਮਝਦਾ ਵੀ ਬੂਟਾ ਜਿਹੜਾ ਲਾਇਆ ਉਹਨੂੰ ਬੱਚਿਆਂ ਵਾਂਗੂ ਪਾਲਿਆ ਆ। ਲਗਾਤਾਰ ਰੋਜ਼ ਦੀ ਮਿਹਨਤ ਆ ਉਸ ਇਨਸਾਨ ਦੀ, ਮਤਲਬ ਕਿ ਇਹਨਾਂ ਬੂਟਿਆਂ ਨੂੰ ਸਾਂਭ ਸੰਭਾਲ ਵਾਸਤੇ ਇਹਨਾਂ ਨੇ ਰੱਖਿਆ, ਮਤਲਬ ਕਿ ਆਪਣੇ ਬੰਦਾ ਰੱਖਿਆ ਆ, ਉਹ ਇਹਨਾਂ ਬੂਟਿਆਂ ਦੀ ਦੇਖ ਰੇਖ ਜਿਹੜੀ ਆ ਕਰਦਾ ਆ। ਸੋ ਸਾਡੇ ਵਾਸਤੇ ਦੁੱਖ ਦੀ ਘੜੀ ਆ। ਭਾਜੀ ਕਦੋਂ ਹੋਈ ਇਹ ਸਾਰੀ ਘਟਨਾ ਅਤੇ ਕੀ ਹੋਇਆ, ਕਿੱਦਾਂ ਪਤਾ ਲੱਗਾ ਤੁਹਾਨੂੰ? ਵੇਖੋ ਇਹ ਤਾਂ ਅੱਜ ਤੋਂ ਲਗਭਗ 3 ਕੁ ਦਿਨ ਪਹਿਲਾਂ ਲਗਭਗ ਸ਼ਾਮ ਨੂੰ ਮਤਲਬ ਸਾਨੂੰ ਪਤਾ ਲੱਗਾ ਵੀ ਜਦੋਂ ਇਸ ਪਾਰਕ ਦੇ ਵਿੱਚੋਂ ਧੂੰਆਂ ਮਤਲਬ ਨਿਕਲਿਆ, ਉਹ ਫਿਰ ਆਣ ਕੇ ਵੇਖਿਆ ਅਤੇ ਇੱਥੇ ਅੱਗ ਲੱਗੀ ਸੀ। ਅੱਗ ਬਹੁਤ ਜ਼ਿਆਦਾ ਸੀ ਜਿਹੜੀ ਕਿ ਛੇਤੀ ਮਤਲਬ ਬੁਝਾਈ ਵੀ ਨਹੀਂ ਗਈ ਔਰ ਨੁਕਸਾਨ ਜਿਹੜਾ ਹੋ ਗਿਆ। ਬੂਟਾ ਲਗਭਗ ਇਸ ਪਾਰਕ ਦੇ ਵਿੱਚ 150 ਬੂਟਾ ਹੈਗਾ। ਬੂਟੇ ਕਹਿ ਲਵੋ ਕਿ ਹਰ ਕਿਸਮ ਦੇ ਬੂਟੇ ਨੇ ਇੱਥੇ, ਕੋਈ ਇਹ ਨਹੀਂ ਗਾ ਵੀ ਮਤਲਬ ਉਹਨੇ ਪੈਸਿਆਂ ਵੱਲ ਵੇਖਿਆ ਵੀ ਇਹ ਮਹਿੰਗਾ ਬੂਟਾ ਮੈਂ ਨਹੀਂ ਲਾਉਣਾ। ਆਵਾਕਾਡੋ ਇੱਥੋਂ ਤੱਕ ਕਿ ਸੇਬਾਂ ਦੇ ਬੂਟੇ ਜਿਹੜੇ ਨੇ ਉਹ ਵੀ ਲਾਏ ਨੇ, ਮਤਲਬ ਉਹ ਲਾਏ ਸਾਰੇ ਬੱਚਿਆਂ ਵਾਸਤੇ ਨੇ। ਇਹ ਨਹੀਂ ਕਿ ਉਹਨੇ ਆਪਣੇ ਪਰਿਵਾਰ ਵਾਸਤੇ ਕੰਮ ਕੀਤਾ, ਸਾਰਾ ਕੰਮ ਉਹਨਾਂ ਨੇ ਆਪਣੇ ਬੱਚਿਆਂ ਵਾਸਤੇ, ਪਿੰਡ ਵਾਸਤੇ, ਇਲਾਕੇ ਵਾਸਤੇ ਕੀਤਾ ਆ। ਬਾਕੀ ਮੈਂ ਸਮਝਦਾ ਵੀ ਉਹ ਕਿੱਦਾਂ ਦਾ ਇਨਸਾਨ ਹੋਏਗਾ ਜਿਹੜਾ ਕਿਸੇ ਦੇ ਮੂੰਹ ਦੇ ਵਿੱਚੋਂ ਰੋਟੀ ਪਾਉਣ ਦੀ ਬਜਾਏ ਕੱਢ ਰਿਹਾ। ਬਹੁਤ ਭਾਰੀ ਮਾਤਰਾ 'ਚ ਨੁਕਸਾਨ ਹੋਇਆ। ਵੇਖੋ ਮੈਂ ਤਾਂ ਅੱਗੇ ਪਿਛਲੀ ਵਾਰ ਵੀ ਜਦੋਂ ਇਹ ਕੰਮ ਹੋਇਆ ਸੀ ਤਾਂ ਮੈਂ ਤਾਂ ਉਦੋਂ ਵੀ ਇਹੋ ਗੱਲ ਕਹੀ ਸੀਗੀ ਵੀ ਚਲੋ ਇਹ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਸਾਹਿਬ ਬੂਲੇ ਵਾਲੀ ਹੈ ਜਿਹੜਾ ਇਹ ਸਾਰਾ ਹੀ ਕੰਮ ਜਿਹੜਾ ਕਰ ਰਿਹਾ ਹੈ, ਅਤੇ ਹੁਣ ਵੀ ਜਿਹੜਾ ਆ ਇਹ ਕੰਮ ਜਿਹੜਾ ਹੋਇਆ ਆ ਇਹ ਮਾੜਾ ਹੋਇਆ ਆ, ਅਤੇ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਆ। ਬਾਕੀ ਹੁਣ ਉਹ ਮਹਾਂਪੁਰਖ ਹੀ ਆ, ਮਤਲਬ ਕਿ ਇਹਨਾਂ ਨੂੰ ਜਿਹੜਾ ਹੁਣ ਹਰਿਆ ਭਰਿਆ ਕਰ ਸਕੂ। ਬਹੁਤ ਮੈਂ ਤਾਂ ਦੇਖੋ ਜੀ ਕਹਿ ਰਿਹਾ ਨਾ ਵੀ ਇਹ ਕੋਈ ਪਿੰਡ ਵਾਸਤੇ ਨਹੀਂ ਉਹਨੇ ਕੰਮ ਕੀਤਾ, ਸਾਰੇ ਇਲਾਕੇ ਵਾਸਤੇ ਆ। ਫਲ ਲੱਗਾ ਆ ਜਿਹੜਾ ਮਰਜ਼ੀ ਆਣ ਕੇ ਇੱਥੋਂ ਖਾ ਲਵੇ, ਕਿਸੇ ਨੂੰ ਕੋਈ ਮਨਾਹੀ ਨਹੀਂ, ਕੋਈ ਗੇਟ ਨਹੀਂ ਬੰਦ ਕੀਤਾ, ਅਤੇ ਕੋਈ ਇੱਥੇ ਬੰਦਾ ਨਹੀਂ ਸਪੈਸ਼ਲ ਰੱਖਿਆ ਵੀ ਮਤਲਬ ਕਿਸੇ ਨੂੰ ਡੱਕਣਾ ਆ। ਹਾਂਜੀ ਹਾਂਜੀ, ਅਤੇ ਉਹ ਸਾਰਿਆਂ ਵਾਸਤੇ ਮਤਲਬ ਫਲ ਲੱਗਾ ਜੀ। ਮੇਰਾ ਨਾਮ ਮੰਗਲ ਸਿੰਘ, ਇੱਥੇ ਅਸੀਂ ਸਾਰਾ ਦਿਨ ਕੰਮ ਕਰਦੇ ਪਏ ਲਾ ਕੋਲ ਹੀ, ਅਤੇ ਜਦੋਂ ਗਏ ਉਦੋਂ ਠੀਕ ਠਾਕ ਹੀ ਪਹਿਲਾਂ, ਅਤੇ ਬਸ ਪਤਾ ਨਹੀਂ ਲੱਗਾ ਕਿ ਕਿਸੇ ਅਨਸਰ ਨੇ ਜਿਹਨੂੰ ਨਹੀਂ ਕੋਈ ਚੰਗਾ ਲੱਗਿਆ, ਜਿਸ ਤਰ੍ਹਾਂ ਸਾਹਿਬ ਬੂਲੇ ਵਾਲੀ ਵੱਲੋਂ ਇਹ ਜਿਹੜੀ ਸੇਵਾ ਵਾ ਸਾਰੇ ਵਾਸਤੇ ਵੀ ਲਗਾਤਾਰ ਨਿਭਾਈ ਜਾ ਰਹੀ ਹੈ, ਹੈ ਨਾ। ਇਹਦੇ ਵਿੱਚ ਕੋਈ ਕਿਸੇ ਨੂੰ ਮਨਾਹੀ ਨਹੀਂ ਆ, ਫਰੂਟ ਪਿਓ ਨਾ ਖਾ ਜਾਣ ਸਾਰਿਆਂ ਵਾਸਤੇ, ਪਰ ਫਿਰ ਵੀ ਪਤਾ ਨਹੀਂ ਕੋਈ ਜਿਹੜਾ ਇਨਸਾਨ ਜਿਹੜਾ ਉਹ ਜਲਸੀ ਕਰਦਾ ਕਿ ਜਿਹੜਾ ਇਹ ਦੂਜੀ ਤੀਜੀ ਵਾਰੀ ਇਹ ਕੰਮ ਹੋ ਚੁੱਕਾ ਇਸ ਜਗ੍ਹਾ 'ਤੇ। ਤੁਸੀਂ ਦੇਖੋ, ਤੁਸੀਂ ਦੇਖਦੇ ਵੀ ਇੱਥੇ ਅੱਗ ਲੱਗਣ ਦਾ ਕੋਈ ਕਾਰਨ ਹੀ ਹੈ ਨਹੀਂ, ਜਾਂ ਕੋਈ ਲਾ ਕੇ ਕਣਕ ਆ ਜਾਂ ਉਹ ਤਾਂ ਖਤਮ ਹੋ ਚੁੱਕਾ, ਕਣਕ ਦੀ ਕਟਾਈ ਹੋ ਚੁੱਕੀ ਹੈ, ਅਤੇ ਉਹਦੇ ਬਾਵਜੂਦ ਵੀ ਇਹ ਆਪਾਂ ਕਹਿ ਸਕਦੇ ਕਿਸ ਕੋਲੋਂ ਅੱਗ ਲਗਾਈ ਗਈ ਆ ਤਾਂ ਹੀ ਲੱਗੀ ਹੈ, ਇਸ ਤਰ੍ਹਾਂ ਤਾਂ ਲੱਗੀ ਨਹੀਂ। ਇੱਥੇ ਫਰੂਟ ਦੇ ਬੂਟੇ ਹੀ ਹੈ ਤਕਰੀਬਨ, ਜ਼ਿਆਦਾ ਨਹੀਂ ਕਹਿ ਸਕਦੇ ਆਪਾਂ, 300-400 ਬੂਟਾ ਹੈਗਾ ਜੀ ਲੱਗਿਆ ਇਸ ਜਿਹੜਾ ਸੜਿਆ, ਸਾਰੇ ਫਰੂਟ ਦਾ ਜੀ। ਇਹਦੇ ਵਿੱਚ ਅੰਬ ਆ, ਆਵਾਕਾਡੋ ਦਾ ਬੂਟੇ ਆ, ਫਿਰ ਅਨਾਰ ਹੈ, ਅਮਰੂਦ ਆ, ਹੋਰ ਵੀ ਜਿਹੜੇ ਆ ਚੀਕੂ ਦੇ ਬੂਟੇ ਲੱਗੇ ਨੇ ਇੱਥੇ, ਸਾਰੇ ਜਿਹੜੇ ਉਹ ਜਲ ਕੇ ਖਰਾਬ ਹੋ ਗਏ, ਸੜ ਚੁੱਕੇ ਨੇ, ਅਤੇ ਪਤਾ ਨਹੀਂ ਹੁਣ ਦੁਬਾਰਾ ਫਿਰ ਚੱਲਦੇ ਨਹੀਂ ਚੱਲਦੇ, ਉਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੂ। ਬਾਕੀ ਕੋਸ਼ਿਸ਼ ਸਾਹਿਬ ਵੀਰੇ ਦੀ ਵੀ ਜਾਰੀ ਹੈ ਅਤੇ ਆਪਣੀ ਵੀ ਜਾਰੀ ਹੈ ਨਾਲ ਜੀ। ਹਾਂਜੀ, ਜਿਹੜਾ ਅਨਾਰ ਆ ਉਹ ਪਹਿਲੀ ਗੱਲ ਤਾਂ ਉਹ ਚੱਲਦਾ ਹੀ ਨਹੀਂ ਜਲਦੀ ਕਰਕੇ,
ਉਹਨੂੰ ਪਾਲਣਾ ਬਹੁਤ ਔਖਾ। ਜੇ ਉਹ ਚੱਲਿਆ ਹੁਣ ਮਿਹਨਤ ਕੀਤੀ ਆ, ਹੁਣ ਪਿਛਲੇ ਦਿਨ 'ਚ ਦੇਖਿਆ ਕਿੰਨੀ ਗਰਮੀ ਪਈ ਆ, ਇੱਥੇ ਡੇਢ ਡੇਢ ਵਜੇ ਤੱਕ ਵੀ ਜਿਹੜੀ ਆ ਪਾਣੀ ਦੀ ਸੇਵਾ ਜਿਹੜੀ ਨਿਰੰਤਰ ਚੱਲਦੀ ਰਹੀ ਹੈ। ਤਾਂ ਭਾਅ ਜੀ ਆਪਣੇ ਵਰਕਰ ਸਾਹਿਬ ਆ, ਅਤੇ ਸਾਹਿਬ ਵੀਰ ਨੂੰ ਜਿਹੜਾ ਹੁਕਮ ਲੱਗਦਾ ਉਹ ਆਪਾਂ ਭਾਈ ਦੇ ਨਾਲ ਸੇਵਾ ਤੌਰ 'ਤੇ ਉਹ ਬਾਹਰ ਬੈਠਾ, ਅਤੇ ਮਤਲਬ ਪੈਸੇ ਵੀ ਭੇਜ ਰਿਹਾ, ਮਤਲਬ ਲਾ ਰਿਹਾ, ਤੁਹਾਡੇ ਬੂਟੇ ਵੀ ਮੇਰੇ ਖਿਲਾਫ ਬਹੁਤ ਮਹਿੰਗੇ ਬੂਟੇ ਹੋਣਗੇ। ਹਾਂਜੀ ਹਾਂਜੀ, ਫਿਰ ਆਪਾਂ ਕਿੱਦਾਂ ਸਮਝਦੇ ਲੋਕਾਂ ਦੀ ਜਿਹੜੀ? ਦੇਖੋ ਆਪਾਂ ਤਾਂ ਇਹ ਕਹਿ ਸਕਦੇ ਕਿ ਸਾਹਿਬ ਵੀਰੇ ਵੱਲੋਂ ਤਕਰੀਬਨ 9 ਸਾਲ ਤੋਂ ਇਹੋ ਜਿਹੜੀ ਆ ਬੇਨਤੀ ਹੋ ਰਹੀ ਆ ਕਿ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ, ਆਪਣੀ ਜੇਬ ਦੇ ਵਿੱਚੋਂ ਸਾਰਾ ਖਰਚਾ ਕਰ ਰਿਹਾ। ਜਿੰਨੇ ਵਰਕਰ ਵੀ ਆ, 2-3 ਵਰਕਰ ਤਾਂ ਪੱਕੇ ਹੀ ਲੱਗੇ ਆ, ਅਤੇ ਸਮੇਂ ਸਮੇਂ ਅਨੁਸਾਰ 10 ਤੋਂ 12 ਵਰਕਰ ਵੀ ਜਿਹੜੇ ਉਹ ਲੱਗਦੇ ਆ ਸਿਰਫ ਸੇਵਾ ਤੌਰ 'ਤੇ, ਕਿਸੇ ਕੋਲ ਕੋਈ ਪੈਸਾ ਨਹੀਂ ਲੈਣਾ, ਆਪਣੀ ਜੇਬ ਤੋਂ ਖਰਚਾ ਸਾਰਾ ਹੁੰਦਾ। ਅਤੇ ਦੁੱਖ ਤਾਂ 2-4 ਵਾਰੀ ਜਿਹੜਾ ਹੋ ਚੁੱਕਾ, ਦੁੱਖ ਤਾਂ ਹੁੰਦਾ ਹੀ ਆ। ਉਹ ਬਾਹਰ ਮਿਹਨਤ ਕਰ ਰਿਹਾ ਅਤੇ ਕਿਹਦੇ ਵਾਸਤੇ ਕਰ ਰਿਹਾ? ਕਿ ਸਾਰੇ ਪਿੰਡ ਵਾਸਤੇ, ਇਲਾਕੇ ਵਾਸਤੇ, ਹੋਰ ਕੁਛ ਨਹੀਂ। ਸੇਵਾ ਸੇਵਾ ਦੇ ਨਾਲ ਨਾਲ ਆਪਣੇ ਉਹ ਸਾਥ ਹੀ ਮੰਗਦਾ ਇਹਨਾਂ ਕੋਲ ਕਿ ਮੈਨੂੰ ਸਾਥ ਦੇ ਦਿਓ, ਹੋਰ ਪੈਸਾ ਕੋਈ ਨਹੀਂ ਚਾਹੀਦਾ, ਮੇਰੀ ਸੇਵਾ ਦੇ ਵਿੱਚ ਯੋਗਦਾਨ ਪਾ ਦਿਓ, ਆਪਣਾ ਸਾਥ ਦੇ। ਉਹ ਵੀ ਜਿਹੜਾ ਵੀ ਕੰਮ ਨਹੀਂ ਕਰ ਸਕਦੇ, ਉਸ ਤੋਂ ਉਲਟਿਆ ਵੀ ਪਤਾ ਨਹੀਂ ਕਿਹੜੀ ਗੱਲ ਦੀ ਕੋਈ ਰੰਜਿਸ਼ ਹੈ, ਜੇ ਰੰਜਿਸ਼ ਹੈ ਤਾਂ ਉਸ ਤਰ੍ਹਾਂ ਵੀ ਤਾਂ ਕੱਢੀ ਜਾ ਸਕਦੀ ਹੈ। ਇਹ ਜਿਹੜੇ ਬੂਟੇ ਇਹਨਾਂ ਨਾਲ ਜਿਹੜਾ ਇਤਨਾ ਸਾੜ ਫੂਕ ਕੇ ਇਹਨਾਂ ਦੇ ਵਿੱਚੋਂ ਕੀ ਲੱਭਣਾ? ਹਾਂਜੀ, ਪਹਿਲਾਂ ਵੀ ਇਸ ਤਰ੍ਹਾਂ ਕਾਫੀ ਨੁਕਸਾਨ ਹੋਇਆ ਸੀ ਜਿਹੜਾ ਜੀਸਸ ਪਾਰਕ ਦੇ ਵਿੱਚ, ਇਸੇ ਤਰ੍ਹਾਂ ਹੀ, ਅਤੇ ਹੁਣ ਇਹ ਦੂਸਰੀ ਜਗ੍ਹਾ 'ਤੇ ਇਸ ਤਰ੍ਹਾਂ ਹੋ ਚੁੱਕਾ ਵਾ। ਅਤੇ ਜਿਹੜਾ ਸਾਹਿਬ ਨੇ ਉੱਥੋਂ ਬਾਹਰੋਂ ਆ ਕੇ ਅਤੇ ਇੱਥੇ ਆ ਕੇ ਫਲ ਤਾਂ ਖਾਣਾ ਨਹੀਂ ਹੈ, ਤਾਂ ਸਾਰਿਆਂ ਵਾਸਤੇ ਸਾਂਝਾ ਹੀ ਹੈ। ਬੱਚੇ, ਬਜ਼ੁਰਗ, ਨੌਜਵਾਨ, ਜੋ ਵੀ ਇੱਥੇ ਨਵੀਂ ਪੀੜ੍ਹੀ ਆ, ਸਾਰਿਆਂ ਵਾਸਤੇ ਉਹ ਸਾਂਝਾ ਹੀ ਆ। ਮਤਲਬ ਉਹਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਅਤੇ ਸਾਰੇ ਇੱਥੋਂ ਫਲ ਜਿਹੜੇ ਛਕ ਸਕਣ, ਛਕ ਕੇ ਅਤੇ ਨਾਦ ਲੈ ਸਕਣ। ਅਤੇ ਬਾਕੀ ਪਤਾ ਨਹੀਂ ਕਿਹੜੀ ਗੱਲ ਦੀ ਉਹ ਸਾਹਿਬ ਜਿਹੜਾ ਇਸ ਤਰ੍ਹਾਂ ਕੱਢਦੇ ਆ। ਹੈ